देशवा पर मोहे हैं शुभ कर मनते कभो ना डरू न डरू और सोच अब चाय लड़ू निश्चय कर अपनी जीत करो वाहेगुरु जी का खालसा वाहेगुरु जी की फतेह तुसी वेख रहे हो संगत टेलीविजन दा, खास प्रोग्राम खालसा राज में बनिया ਹੋਂ ਤੱਕ ਇਸ ਪ੍ਰੋਗਰਾਮ ਦੇ 462 ਭਾਗ ਜਿਹੜੇ ਨੇ ਅਸੀਂ ਆਪਜੀ ਦੇ ਸਨਮੁਖ ਪੇਸ਼ ਕਰ ਚੁੱਕੇ ਤੇ ਅੱਜ ਇੱਕ ਨਵਾਂ ਐਪੀਸੋਡ 463 ਨੰਬਰ ਲੈ ਕੇ ਫੇਰ ਆਪਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ ਸਾਰੀਆਂ ਹੀ ਸੰਗਤਾਂ ਦਾ तहे ਦਿਲ ਤੋਂ ਧੰਨਵਾਦ ਕਰਦੀ ਹਾਂ ਜਿੱਥੇ-ਜਿੱਥੇ ਵੀ ਬੈਠੇ ਤੁਸੀਂ ਇਸ ਪ੍ਰੋਗਰਾਮ ਨੂੰ ਦੇਖਦੇ ਹੋ ਆਨੰਦ ਮਾਣਦੇ ਹੋ ਪਸੰਦ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਪ੍ਰੋਗਰਾਮ ਕਰਨ ਦਾ ਆਨੰਦ ਵੀ ਤਾਂ ਆਉਂਦਾ ਹੈ ਜੇ ਸੰਗਤਾਂ ਇਸ ਪ੍ਰੋਗਰਾਮ ਨੂੰ ਦੇਖਦੀਆਂ ਨੇ ਤੇ ਉਹਨਾਂ ਵੱਲੋਂ ਫੀਡਬੈਕ ਮਿਲਦੀ ਹੈ ਉਹਨਾਂ ਪ੍ਰੋਗਰਾਮਰ ਨੂੰ ਬਹੁਤ ਪਿਆਰ ਸਤਿਕਾਰ ਦੇ ਨਾਲ ਸਾਰੇ ਦੇਖਦੇ ਤੇ ਸੁਣਦੇ ਨੇ ਖਾਸ ਕਰਕੇ ਧੰਨਵਾਦ ਕਰਦੀ ਹਾਂ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ ਜਿਹੜੇ ਕਿ ਇਸ ਪ੍ਰੋਗਰਾਮ ਨੂੰ ਆਪ ਸੰਗਤਾਂ ਦੇ ਸਾਹਮਣੇ ਬਹੁਤ ਹੀ ਖੂਬਸੂਰਤੀ ਨਾਲ ਸੰਗਤਾਂ ਦੇ ਸਾਹਮਣੇ ਪੇਸ਼ ਕਰਦੇ ਜਿੰਨੇ ਵੀ ਸਵਾਲ ਹੁੰਦੇ ਹਨ ਉਹਨਾਂ ਦੀ ਵੀਰ ਜੀ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੇ ਜਵਾਬ ਗੁਰ ਬਾਣੀ ਗੁਰ ਇਤਿਹਾਸ ਤੇ ਗੁਰ ਫਲਸਫੇ ਦੇ ਆਧਾਰ ਤੇ ਹੀ ਦਿੱਤੇ ਜਾਣ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰੂ ਫਤਿਹ ਸਾਂਝੀ ਕਰਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਐਪੀਸੋਡ ਵਿੱਚ ਵੀ ਜੀ ਤੁਸੀਂ ਸੰਗਤਾਂ ਦੇ ਨਾਲ ਸਾਂਝ ਪਾਇਆ ਕਿ ਨੂਰਾ ਮਾਹੀ ਜਿਹੜਾ ਆ ਕਲਗੀਧਰ ਪਾਸ਼ਾ ਜੀ ਨੂੰ ਜਿਹੜੇ ਸਰਹੰਦ ਦੀ ਜਿਹੜੀ ਜੋ ਵੀ ਕੁਝ ਉੱਥੇ ਵਾਪਰਿਆ ਜੋ ਵੀ ਹਾਲਾਤ ਹੋਏ ਉਹਦੇ ਬਾਰੇ ਸਤਿਗੁਰੂ ਜੀ ਦੇ ਨਾਲ ਸਾਂਝ ਪਾ ਰਿਹਾ ਹੈ ਕਿ ਬੱਚਿਆਂ ਨੂੰ ਬਾਰ-ਬਾਰ ਕਚਹਿਰੀ ਵਿੱਚ ਸੱਦਿਆ ਜਾਂਦਾ ਹੈ ਤੇ ਉਹਨਾਂ ਨੂੰ ਡਰ ਡਰਾਇਆ ਜਾਂਦਾ ਹੈ ਲਾਲਚ ਦਿੱਤੇ ਜਾਂਦੇ ਤਿਸ ਤਸੀਹੇ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਪ੍ਰੋਗਰਾਮ ਜਿਹੜਾ ਅੱਜ ਤਾਂ ਮੇਰੇ ਮਨ ਦੇ ਵਿੱਚ ਸਵਾਲ ਹੁੰਦਾ ਕਿ ਮਾਤਾ ਜੀ ਨੂੰ ਕਿਉਂ ਨਹੀਂ ਕਚਹਿਰੀ ਵਿੱਚ ਸੱਦਿਆ ਗਿਆ ਜਿਹੜਾ ਇਹ ਐਪੀਸੋਡ ਇਹਦੇ ਵਿੱਚ ਜ਼ਰੂਰ ਕੋਸ਼ਿਸ਼ ਕਰਿਓ ਇਸ ਗੱਲ ਦੀ ਸਾਂਝ ਪਾਉਣ ਨੂੰ ਤੇ ਉਸ ਤੋਂ ਬਾਅਦ ਦੱਸਿਓ ਕਿ ਬੱਚਿਆਂ ਦੇ ਨਾਲ ਜਿਹੜੀ ਕਿਹੜੀ ਕਿਹੜੀ ਸੱਜਣਾਂ ਨੇ ਮقرਰ ਕੀਤੀ ਤੇ ਕਿਸ ਤਰ੍ਹਾਂ ਦੇ ਜਿਹੜੇ ਹਾਲਾਤੀਓ ਸਰਹੰਦ ਦੇ ਬਣੇ ਇਹਦੇ ਬਾਰੇ ਸੰਕਤਾਂ ਦੇ ਨਾਲ ਤੁਸੀਂ ਜ਼ਰੂਰ ਸਾਝ ਪਾਇਓ। ਬਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸਵਾਲ ਕੀਤਾ ਔਰ ਮਨ 'ਚ ਜਿਹੜਾ ਖਿਆਲ ਆ ਸਵਾਲ ਬਣ ਕੇ ਉਹ ਵੀ ਸਾਂਝਾ ਕੀਤਾ। ਜੀ। ਮਾਤਾ ਗੁਜਰੀ ਜੀ ਨੂੰ ਕਚੈਰੀ ਕਿਉਂ ਨਹੀਂ ਸੱਦਿਆ ਜਾਂਦਾ ਰਿਹਾ? ਹਾਂਜੀ। ਇਹਦੀ ਗੱਲ ਵੀ ਆਪਾਂ ਕਰਾਂਗੇ। ਜੀ। ਉਹ ਜਿਹੜੀ ਚਲਦੀ ਲੜੀ ਹੈ ਜਿਹੜਾ ਤੁਸੀਂ ਸਵਾਲ ਮੈਨ ਕੀਤਾ ਜਿੱਦਾਂ ਨੂਰਾ ਮਾਈ ਜੋ ਦੱਸ ਰਿਹਾ ਜੀ ਜੀ ਸਤਿਗੁਰੂ ਜੀ ਨੂੰ ਹਾਂ ਹਾਂ ਆਪਾਂ ਨਾਲ ਨਾਲ ਉਹ ਗੱਲ ਕਰਦੇ ਆਂ ਵਿੱਚ ਮਾਤਾ ਗੁਰਟੀ ਦੀ ਗੱਲ ਵੀ ਕਰ ਲਵਾਂਗੇ ਜਰੂਰ ਜਿਵੇਂ ਕਿਤੇ ਭੁੱਲ ਲੱਗਾ ਯਾਦ ਕਰਾ ਦਿੱਤੇ ਜਰੂਰ ਨੂਰਾ ਮਾਈ ਸਤਿਗੁਰੂ ਨੂੰ ਦੱਸ ਰਿਹਾ ਸੀ ਕਿ ਪਹਿਲੇ ਦਿਨ ਦੂਜੇ ਦਿਨ ਤੀਜੇ ਦਿਨ ਤਿੰਨ ਪੇਸ਼ੀਆਂ 'ਚ ਨਿਰਣਾ ਹੋ ਗਿਆ ਹੁਣ ਆਪਾਂ ਪਿਛਲੀ ਪੇਸ਼ੀ 'ਚ ਗੱਲ ਕਰ ਲਈ ਸੀ ਬਿੰਨਰਣਾ ਹੋ ਗਿਆ ਕਿ ਸਾਬ ਜਿਆਦਿਆਂ ਨੂੰ ਬਾਗੀ ਕਰਾਰ ਦੇ ਕੇ ਫਤਵਾ ਦਿੱਤਾ ਜਾ ਸਕਦਾ ਕਾਜੀ ਨੂੰ ਫਤਵਾ ਦਿੱਤਾ ਗਿਆ ਨਾ سزا ਦਿੱਤੀ ਜਾ ਸਕਦੀ ਤੇ سزا ਉਹਨਾਂ ਨੇ ਮੈਂ ਛੋਟੀ ਗੱਲ ਕਰਾਂ ਕਿਉਂਕਿ ਇਤਿਹਾਸ ਆਪਾਂ ਸਾਰਾ ਪੜ੍ਹਿਆ ਆਪਾਂ ਜਾਣਦੇ ਬਾਰ ਬਾਰ ਸਾਹਿਬ ਜਦ ਅਸੀਂ ਬੜੀ ਗੱਲ ਕੀਤੀ ਗਈ ਆ ਜੀ ਜੀ ਕਿ ਸਾਹਿਬ ਜਦਾਂ ਨੂੰ ਕੰਧਾਂ 'ਚ ਚਲੰਦਾ ਫਤਵਾ ਦੇ ਦਿੱਤਾ ਕੰਧਾਂ 'ਚ ਚਲੰਦਾ ਹੀ ਨਹੀਂ ਕੰਧਾਂ 'ਚ ਚਿੰਨ ਕੇ ਸ਼ਹੀਦ ਕਰਦਾ ਇਹ ਫਤਵਾ ਦਿੱਤਾ ਸੁਕੰਦਾਂ ਚ ਚੰਨਾ ਸੂਬੇ ਨੇ ਇਸ ਕਰਕੇ ਸ਼ੁਰੂ ਕਰਾਇਆ ਪੈਂਦਾ ਜੀ ਕਿ ਨੀਆਂ ਕੈਮ ਕਰਕੇ ਹਾਂਜੀ ਉੱਚ ਸਾਹਿਬ ਜਦੋਂ ਖੜੇ ਕਰ ਦਿੰਦੇ ਆ ਉਹਦੇ ਆਲੇ-ਦੁਆਲੇ ਇੱਟਾਂ ਰੱਖਣੀਆਂ ਸ਼ੁਰੂ ਕਰਦੇ ਆ ਸਾਹਿਬ ਜੀ ਜੀ ਤੇ ਕੰਦ ਦੇ ਵਿੱਚ ਚੰਨ ਨਾਲ ਜਿਹੜੀ ਗੱਲ ਸੀਗੀ ਇਹ ਤਾਂ ਸ਼ੁਰੂ ਕੀਤੀ ਕਿ ਜਦੋਂ ਜਦੋਂ ਕੰਦ ਉੱਤੇ ਜਾਊਗੀ ਉਦੋਂ-ਉਦੋਂ ਨਾਲ ਦੇ ਦਿਲ ਚ ਡਰ ਡਰ ਆਏਗਾ ਜੀ ਜੀ ਡੈਸ਼ ਟਾਏਗੀ ਡਰਾਏਗਾ ਡੈਸ਼ ਟਾਏਗੀ ਹੂੰ ਹੂੰ ਕਿ ਇਹ ਸਿਰਫ ਕਹਿੰਦੇ ਨਹੀਂ ਕਰਦਣ ਲੱਗੇ ਆ। ਜੀ ਜੀ। ਤੇ ਜਦੋਂ ਇਹਨਾਂ ਦੇ ਸਾਹ ਘੁੱਟਣ ਲੱਗਣਗੇ। ਹਾਂਜੀ। ਉਹਦੋਂ ਇਹਨਾਂ ਨੇ ਚੀਕਚਾਣਾ ਵੀ ਕਰਨਾ ਆ, ਉਹਦੋਂ ਇਹਨਾਂ ਨੇ ਜਾਨ ਬਖਸ਼ਾਉਣ ਦੀ ਗੱਲ ਵੀ ਕਰਨੀ ਆ ਤੇ ਫਿਰ ਇਹ ਬੱਚੇ ਆ ਛੋਟੇ। ਮਸੂਮ ਬੱਚੇ ਆ। ਜੀ ਜੀ। ਤੇ ਸੋ ਇਹ ਦੀਨ ਦੇ ਦਾਰੇ 'ਚ ਆਉਣਗੇ ਆਉਣਗੇ ਉਹਦੀ ਪਹਿਲੀ ਗੱਲ ਸੀਗੀ ਦੀਨ ਦੇ ਦਾਰੇ 'ਚ। ਜੀ ਜੀ। ਤਦੇ ਕੰਧ ਚੁੜਨ ਦੀ ਗੱਲ ਕੀਤੀ। ਹਾਂਜੀ ਇੱਕਦਮ ਸਿੱਧੇ ਕਤਲ ਕਰਨ ਦੀ ਗੱਲ ਨਹੀਂ ਕੀਤੀ ਗਈ ਸ਼ਹੀਦ ਕਰਨ ਦਾ ਫਤਵਾ ਦਿੱਤਾ ਗਿਆ ਪਰ ਕੰਧ ਚਿੰਨ ਦੀ ਗੱਲ ਕੀਤੀ ਕਿ ਬੱਚਾ ਨੂੰ ਖੜੇ ਕਰ ਲਿਆ ਗਿਆ ਜਿੱਦਾਂ ਨੂਰੇ ਮਾਈ ਨੇ ਸਤਗੁਰੂ ਨੂੰ ਦੱਸਿਆ ਜੀ ਜੀ ਸੋ ਕੰਧ ਹੁਣ ਚਿਰੀ ਜਾ ਰਹੀ ਆ ਹਾਂਜੀ ਤੇ ਸਾਡੇ ਇਤਿਹਾਸਕਾਰਾਂ ਨੇ ਇਹਦੇ ਬਾਰੇ ਬੜੇ ਮਹਾਰਮਕ ਗੱਲਾਂ ਕਹੀਆਂ ਹਨ ਦਿਲੂ ਸ਼ੂਲਣ ਵਾਲੀਆਂ ਕਿ ਜਦੋਂ ਕੰਧ ਛਾਤੀ ਤੱਕ ਬਰਾਬਰ ਪਹੁੰਚ ਗਈ ਨਾ ਜੀ ਪਹਿਲਾਂ ਤਾਂ ਗੋਡਿਆਂ ਤੱਕ ਦੀ ਗੱਲ ਕੀਤੀ ਆ ਹਾਂਜੀ ਸਾਡੇ ਇਤਿਹਾਸ ਦੇ ਵਿੱਚ ਬੜੀਆਂ ਕੁਸ਼ਿ ਇਹ ਆਇਆ ਨੂਰਮਾਈ ਨੇ ਗੱਲਾਂ ਨਹੀਂ ਕਈਆਂ ਪਰ ਸਾਡੇ ਇਤਿਹਾਸ ਚ ਆ ਨਾ ਨਾ ਜ਼ਿਕਰ ਕਰਤਾ ਜਾਵਾਂ ਕਿਉਂਕਿ ਆਪਾਂ ਸਾਕਾਸੰਦ ਵੱਖਰੇ ਤੌਰ ਤੇ ਕਹਿਣਾ ਨਿਕਾ ਜੀ ਆਪਾਂ ਇੱਥੋਂ ਨਿਕਲ ਜਾਣਾ ਕਹਿ ਕੇ ਘਾਮ ਤੁਰ ਜਾਣਾ ਕਿ ਜਦੋਂ ਗੋਡਿਆਂ ਤੱਕ ਬਰਾਬਰ ਆਈ ਤੇ ਉਹ ਇੱਟ ਕਢਣ ਲੱਗਾ ਜਦੋਂ ਰਾਜ ਜਿਹੜਾ ਸੀਗਾ ਜੀ ਇੱਟ ਨੂੰ ਕਢ ਕੇ ਤੋੜਨ ਲੱਗਾ ਹੂੰ ਹੂੰ ਤੇ ਬਾਬਾ ਜੂਰਾਵਾਲਾ ਨੇ ਆਖਿਆ ਕਿ ਏਟ ਨਾ ਤੋੜ ਇਹ ਤਾਂ ਸਿੱਖੀ ਦਾ ਇਹ ਨਹੀਂ ਜਿਹੜੀ ਆ ਨਾ ਸਿੱਖੀ ਦੇ ਮਹਿਲ ਦੀ ਨਹੀਂ ਆ ਜਿਹੜੀ ਕੰਨ ਤੁਸੀਂ ਚੱਲ ਰਹੇ ਆ ਸਿੱਖੀ ਦੇ ਰਾਜ ਦਾ ਮਹਿਲ ਬਣਨਾ ਇਹਦੇ ਉੱਤੇ ਤੇ ਇਟ赖 ਦੀ ਤੋੜ ਹਾਂਜੀ ਗੁੱਡ ਦੀ ਚਪੜੀ ਤੋੜ ਲਾ ਇਹ ਗੱਲ ਸਾਡੇ ਇਤਿਹਾਸਕਾਰਾਂ ਨੇ ਕਦੇ ਜ਼ਿਕਰ ਕੀਤੀ ਆ ਦੁਹਰਾ ਕੇ ਜ਼ਿਕਰ ਕੀਤੀ ਆ ਕਵੀਆਂ ਨੇ ਆਪਣੀ ਕਵਿਤਾ ਚ ਵੀ ਜ਼ਿਕਰ ਕੀਤਾ ਇਹਦਾ ਫਿਰ ਕਹਿੰਦੇ ਜਦੋਂ ਕੰਦ ਪਹੁੰਚ ਗਈ ਨਾ ਛਾਤੀ ਤੱਕ ਹਾਂਜੀ ਤੇ ਬਾਬਾ ਫਤਿਹ ਸਿੰਘ ਦੀਆਂ ਅੱਖਾਂ ਚ ਅੱਥੂ ਆ ਗਿਆ ਛੋਟਾ ਸਭ ਤੋਂ ਜ਼ਿਆਦਾ ਸੀ ਜੀ ਨਹੀਂ ਬਾਬਾ ਜੂਰਾਵਰ ਸਿੰਘ ਦੀ ਅੱਖਾਂ ਚੋਂ ਆਸੂ ਆ ਗਏ ਵੱਡਾ ਸਭ ਤੋਂ ਜ਼ਿਆਦਾ ਸੀ ਤੇ ਛੋਟੇ ਨੇ ਵੱਡੇ ਵਾਲਾ ਦੇਖ ਕੇ ਕਿਹਾ ਬਾਬਾ ਫਤਿਹ ਸਿੰਘ ਨੇ ਕਿ ਡਰ ਗਿਆ ਅੱਖਾਂ ਚੋਂ ਆਥਰੂ ਆ ਗਾ ਉਹ ਕਹਿੰਦਾ ਡਰਿਆ ਨਹੀਂ ਮਨ 'ਚ ਇੱਕ ਖਿਆਲ ਆ ਗਿਆ ਉਹ ਖਿਆਲ ਕੀ ਆ ਸਾਡੇ ਤਸਕਰਾਂ ਚੰਦਾ ਜ਼ਿਕਰ ਕੀਤਾ ਕਵੀਆਂ ਦੇ ਸ਼ਬਦਾਂ ਚ ਵੀ ਜ਼ਿਕਰਿਆ ਨੂੰ ਮਾਰਮਿਕ ਸ਼ਬਦਾਂ ਦਾ ਜ਼ਿਕਰ ਕਰਨਾ ਚਾਹੀਦਾ ਕਰਨਾ ਮੈਂ ਜ਼ਿਕਰ ਕਰਨਾ ਚਾਹੀਦਾ ਮਨ ਚ ਖਿਆਲ ਆਉਂਦੇ ਖਿਆਲਾਂ ਨੂੰ ਪਕੜਨ ਦੀ ਗੱਲ ਬੇਸ਼ੱਕ ਨਾਂ ਵੀ ਕੀਤੀ ਹੋਈ ਕੀ ਖਿਆਲ ਆਇਆ ਤੇ ਵੱਡਾ ਸਾਹਿਬ ਜਿਆਦਾ ਕਹਿੰਦਾ ਵੀ ਇਸ ਧਰਤੀ ਤੇ ਆਇਆ ਮੈਂ ਪਹਿਲਾ ਸੀ ਪਰ ਜਿੱਦਾਂ ਹੁਣ ਇੱਟਾਂ ਉੱਤੇ ਚੜੀਆਂ ਆ ਜਾ ਰੀਆਂ ਦੰਦੇ ਚਲੀ ਜਾ ਤੂੰ ਮੇਰੇ ਨਾਲ ਛੋਟਾ ਆ ਤੀਰਾ ਸਾਹਿਬ ਪਹਿਲਾਂ ਘੁੱਟਿਆ ਜਾਣਾ ਤੇ ਤੂੰ ਪਹਿਲਾਂ ਚੱਲ ਵਸਰਾ ਤੇ ਮੈਂ ਕਹਿੰਦਾ ਮੈਂ ਜੇ ਪਹਿਲਾਂ ਅਸੀਂ ਜਾਣਾ ਮੈਨੂੰ ਪਹਿਲਾਂ ਜਾ ਦਸਤੂਰ ਤਾਂ ਇਹੀ ਹੈ ਨਾ ਜੀ ਜੀ ਹਾਂ ਜੀ ਜਿਹੜੀ ਪੀੜੀ ਪਹਿਲਾਂ ਆਉਂਦੀ ਹੈ ਪਹਿਲਾਂ ਜਾਣਾ ਹੈ ਤੇ ਬਾਅਦ ਦੀ ਪੀੜੀ ਨੇ ਬਾਅਦ ਜਾਣਾ ਤੇ ਇਦਾਂ ਹੀ ਸੰਸਾਰ ਚੱਲਦਾ ਨਾ ਜੀ 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 ਤੇ ਕਹਿੰਦਾ ਆਇਆ ਮੈਂ ਪਹਿਲਾਂ ਸੀ ਪਰ ਇਹ ਤਾਂ ਨ ਹੋਣੀ ਹੋਗੀ ਤੂੰ ਪਹਿਲਾਂ ਚੱਲ ਜਾਣਾ ਇਸ ਗੱਲ ਦੇ ਉੱਤੇ ਮੈਨੂੰ ਥੋੜਾ ਜਿਹਾ ਖਿਆਲ ਆ ਮੇਰੀ ਦੁੱਖ ਲੱਗਾ ਮੈਨੂੰ ਇਸ ਗੱਲ ਦਾ ਮੇਰੇ ਬਿਲ ਲਿ ਜਾਣਾ ਚਾਹੀਦਾ ਸੀ ਸੋ ਇਹੋ ਜਿਹਾ ਸਾਡੇ ਇਤਿਹਾਸ ਦੇ ਵਿੱਚ ਇਹੋ ਜਿਹਾ ਸਾਕੇ ਆ ਦਾ ਜਿ ਇੱਕ ਇਦਾਂ ਵੀ ਮੰਨਦਾ ਤੇ ਨੂਰਾਬਾਈ ਜਿਹੜਾ ਦੱਸ ਰਿਹਾ ਕਿ ਜਦੋਂ ਕੰਦ ਬਰਾਬਰ ਹਾਂਜੀ ਤੇ ਸਹਿਬ ਜਾਦੇ ਫਤਿਹ ਸਿੰਘ ਦਾ ਜਦੋਂ ਸਾਹ ਘੁੱਟ ਹੋਣ ਲੱਗਾ ਹਾਂਜੀ ਤੇ ਹੁਣ ਸਾਹ ਘੁੱਟਣ ਲੱਗਾ ਤੇ ਆਪ ਮਹਾਰੇ ਕੁਦਰਤੀ ਗੱਲ ਆ ਸਰੀਰ ਦੇ ਵਿੱਚ ਤੜਫਣ ਪੈਦਾ ਹੋਣੀ ਆ ਹਾਂਜੀ ਤੇ ਜਦੋਂ ਦਾ ਸਰੀਰ ਲਿਆ ਤੜਫਣ ਹਿੱਲੀ ਉਹਦੀ ਇੱਕ ਬੰਨੇ ਨੂੰ ਬਿਸੁੱਧ ਹੋਇਆ ਸਾਹ ਘੁੱਟਿਆ ਡਿੱਗਿਆ ਜੀ ਜੀ ਤੇ ਇੱਟਾਂ ਵਾਲੇ ਨਵੀਆਂ ਨਵੀਆਂ ਹਾਲ ਦੇ ਵਾਲੇ ਲਾਈਆਂ ਆ ਗਾਰੇ ਨਾਲ ਲਾਈਆਂ ਇੱਟਾਂ ਉਹ ਜਦੋਂ ਇੱਕ ਮਨ ਉਲਟਿਆ ਤੇ ਕੰਧ ਉਲਟ ਕੇ ਡਿੱਗਦੀ ਜੀ ਜੀ ਤੇ ਸੁਬੇਦਾਰ ਵਜੀਦ ਖਾਨ ਦੇਖ ਰਿਹਾ ਹਾਂ ਹਮ ਜਦੋਂ ਕੰਧ ਉਲਟ ਕੇ ਡਿੱਗੀ ਆ ਤੇ ਹੁਣ ਛੋਟੇ ਨੂੰ ਦੇਖ ਲਈ ਵੱਡੇ ਨੇ ਝੁਗਣਾਇਆ ਤੇ ਉਸ ਵੇਲੇ ਸ਼ਾਸ਼ਿਲ ਬੇਗ ਤੇ ਬਾਸਲ ਬੇਗ ਦੋ ਜਲਾਹ ਦੇ ਆ ਕੋਲ ਖੜੇ ਵਜੀਦ ਖਾਨ ਦੇ ਜਿਹੜੇ ਕਚਹਿਰੀ ਭੁਗਤਣਾ ਆਏ ਹੋਏ ਸੀ ਜਿਹੜੇ ਕੰਧ ਬਣਾ ਰਏ ਸੀ ਜਿਹੜੇ ਨਾਲ ਸੀ ਖੜੇ ਆ ਹਾਂਜੀ ਤੇ ਇਸ਼ਾਰਾ ਕੀਤਾ ਹੂੰ ਹੂੰ ਵਜੀਦ ਖਾਨ ਨੇ ਕਿ ਇਹਨੂੰ ਕਤਲ ਕਰ ਦੇ ਜੀ ਤੇ ਸੋ ਉਹਨੇ ਸ਼ਾਰ ਰੱਖਦੇ ਉੱਤੇ ਕਹਿੰਦੇ ਸ਼ਾਸ਼ਿਲ ਬੇਗ ਤੇ ਬਾਸਲ ਬੇਗ ਨੇ ਦੋਹਾਂ ਸਾਹ ਜਦੋਂ ਇਸ਼ਾਰਾ ਰੱਖਦੇ ਉੱਤੇ ਛੁਰੀ ਫੇਰ ਦਿੱਤੀ ਠੀਕ ਜਿੱਦਾਂ ਹਲਾਲ ਕਰ ਦਿੱਤਾ ਹਮਮ ਉਹਦਾ ਸ਼ੂਰੀ ਫੇਰ ਦਿੱਤੀ ਤੇ ਕਹਿੰਦੇ ਸਾਬ ਜਦਾ ਜੋਰਾਵਾਰ ਸਿੰਘ ਦੀ ਤਾਂ ਜਾਨ ਤੁਰੰਤ ਨਿਕਲ ਗਈ ਹਾਂਜੀ ਪਰ ਸਾਬ ਜਦਾ ਫਤਿਹ ਸਿੰਘ ਜੀ 12 ਮਿੰਟ ਤਰਸਦੇ ਰਹੇ ਠੀਕ ਹلال ਕਰਵਾਉਣਾ ਨਿਕਲੋ ਜੋ ਸ਼ੂਰੀਆਂ ਫੇਰ ਕੇ ਗੱਲਾਂ ਤੇ ਸ਼ਹੀਦ ਕਰ ਦਿੱਤਾ ਗਿਆ ਸਾਡੇ ਤਖਤ ਉਚੀ ਜੀ ਕਰਦਾ ਕਥਾਗੁਰੂ ਕ੍ਰਿਸ਼ਪਤੁਰ ਵਾਲਿਆਂ ਨੇ ਇਦਾਂ ਹੀ ਲਿਖਿਆ ਤੇ ਨੂਰੇ ਮਾਈ ਦੀ ਜਿੱਦਾਂ ਸੁਣਿਆ ਲੋਕਾਂ ਤੋਂ ਉਦਾਂ ਹੀ ਗੁਰੂ ਗਬੰ ਸਿੰਘ ਨੂੰ ਦੱਸਿਆ ਵੀ ਸਾਭਿਆਦਨ ਸ਼ਹੀਦ ਕਰ ਦਿੱਤਾ ਜੀ ਹੁਣ ਇੱਥੇ ਆ ਕੇ ਨੂਰੇ ਮਾਈ ਦੇ ਗਲਿਡੂ ਪਰੌਣੇ ਦੱਸਦਾ ਦੱਸਦੇ ਆ ਬੜੀ ਜ਼ਰੂਰੀ ਘਾਲ ਸੀ ਪਰ ਸਤਕੁਨੇ ਕਾ ਨਹੀਂ ਗਾਂ ਦੀ ਦੱਸ ਜੀ ਗਾਂਘੀ ਹੋਇਆ ਕੀ ਹੋਇਆ ਜੀ ਉਹ ਕਹਿੰਦੇ ਗਾਂ ਫਿਰ ਉਹਨਾਂ ਬਾਬਾ ਮੋਤੀ ਨਾਮ ਉੱਥੇ ਸੀ ਕਿਚਾਈ ਦੇ ਵਿੱਚ ਹਾਂਜੀ ਹੋਰ ਗੁਰੂ ਬਖ ਪਿਆਰੇ ਵੀ ਸਨ ਜੀ ਤਪਰ ਕਿਲੇ ਤੱਕ ਤਾਂ ਪਹੁੰਚੀ ਬਾਬਾ ਮੋਤੀराम ਦੀ ਛੀਨਾ ਹਾਂਜੀ ਹਾਂਜੀ ਜਿੱਥੇ ਮਾਤਾ ਗੁਜਰੀ ਕੀ ਸੀ ਤੇ ਮਾਤਾ ਗੁਜਰੀ ਨੂੰ ਜਾ ਕੇ ਦੱਸਣ ਦੀ ਜ਼ਿੰਮੇਵਾਰੀ ਬਾਬਾ ਮੋਤੀਰਾਮ ਨੇ ਸਮਝੀ ਜੀ ਬਾਬਾ ਮੋਤੀਰਾਮ ਉਹਨਾਂ ਨੂੰ ਦੱਸਣ ਗਿਆ ਹਾਂਜੀ ਤੇ ਹੁਣ ਇਹੋ ਜੀ ਖਬਰ ਸੁਣਾਉਣੀ ਕਿਤੇ ਤੇ ਨੂਰਾ ਮਾਈ ਦੱਸ ਰਿਆ ਤੇ ਉਹਦੇ ਗਲੀ ਨੂੰ ਭਰ ਰਿਆ ਜੀ 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 ਇੰਨੇ ਚਿਰ ਬਾਜਦੋਂ ਦਸਦੇ ਉਹ ਲੋਕ ਲਿੱਡੂ ਪਰ ਰਿਆ ਤੇ ਜਦੋਂ ਬਾਬਾ ਮੋਤੀਦਮ ਦੱਸਿਆ ਉਹ ਤਾਹੀ-ਤਾਹੀ ਮਾਤਾ ਗੁਜਰੀ ਨੂੰ ਦੱਸਣੀ ਆ ਜਦੋਂ ਪਹਿਲਾਂ ਦੋ ਵਾਰੀ ਮਿਲ ਵੀ ਚੁੱਕਾ ਆ ਦੋ ਤਿੰਨ ਦਿਨ ਲਗਾਤਾਰ ਮਿਲਦਾ ਰਿਆ ਤਿੰਨ ਵਾਰੀ ਦੁੱਧ ਪਿਆ ਆ ਤੂੰ ਤਾਂ ਗੱਲ ਦੱਸਣੀ ਸੌਖੀ ਨਹੀਂ ਸੋ ਬਾਬਾ ਮੋਤੀਦਮ ਗੱਲ ਦੱਸਣ ਗਿਆ ਜੀ ਇਹਦਾ ਜ਼ਿਕਰ ਨੂਰੇ ਮਾਹੀ ਦੀ ਜ਼ੁਬਾਨੀ ਕਿਸ਼ਨ ਸਿੰਘ ਨੇ ਸ਼ਹੀਦ ਨਾਮੇ ਦੇ ਵਿੱਚ ਕਰਾਇਆ ਠੀਕ ਤੇ ਉਹਨੇ ਬੜੇ 90 ਤਲੇ ਸ਼ਬਦਾਂ ਚ ਜਾ ਕੇ ਸਾਹਿਬ ਜਦਾਂ ਦੀ ਸ਼ਹਾਦਤ ਦੀ ਗੱਲ ਮਾਤਾ ਗੁਜਰੀ ਨਾਲ ਕੀਤੀ ਆ ਕਿ ਮਾਤਾ ਤੇਰੇ ਪੋਤਿਆਂ ਨੇ ਨਾ ਸਰਦਾਰੀ ਵੀ ਸੰਭਲੀ ਤੇ ਆਪਣਾ ਸਿੱਦਕ ਵੀ ਪਗਾ ਲਿਆ। ਇਹੀ ਕਿਹਾ ਜਾ ਸਕਦਾ। ਜੀ ਜੀ ਕਿਉਂਕਿ ਜਦੋਂ ਕਿਸੇ ਕੋਲ ਅਫਸੋਸ ਵੀ ਕਰਨ ਜਾਣਾ ਹੈ ਤੇ ਉਹਦੇ ਅਫਸੋਸ ਦੀ ਸ਼ਬਦਾਵਲੀ ਵੀ ਜਿਹੜੀ ਆ ਜਿੱਦਾਂ ਚਿੱਠ ਨਾਮਾ ਚ ਕਿਸ ਨੇ ਸਰ ਨੇ ਲਿਖਿਆ। ਬਿਲਕੁਲ ਉਦਾਂ ਕਹਿੰਦੇ ਤੇਰੇ ਪੁੱਤਿਆ ਨੇ ਸਰਦਾਰੀ ਵੀ ਸਾਂਭ ਲਈ ਆ ਤੇ ਸਿੱਖੀ ਸਦਕਾ ਵੀ ਨਿਭਾ ਲਿਆ ਤੇ ਜਦੋਂ ਇਹ ਗੱਲ ਕਹੀ ਤੇ ਗੁਰੂ ਬਲਸਪਾਸ਼ੇ 10ਵੀਂ ਚ ਗਿਆਨੀ ਸੁੱਖਾ ਸਿੰਘ ਨੇ ਜ਼ਿਕਰ ਕੀਤਾ ਗੁਰੂ ਬਲਸਪਾਸ਼ੀ 10ਵੀਂ ਚ ਗਿਆਨੀ ਸੁੱਖਾ ਸਿੰਘ ਨੇ ਜ਼ਿਕਰ ਕੀਤਾ ਜਦੋਂ ਕਹਿੰਦੇ ਮਾਤਾ ਜੀ ਕੋਲ ਖਬਰ ਪਹੁੰਚੀ ਨਾ ਹਾਂਜੀ ਤੇ ਮਾਤਾ ਜੀ ਦੇ ਮੁਖਾਰਬਿੰਦ ਤੋਂ ਨਿਕਲਿਆ ਕਿ ਉਹਨਾਂ ਨੇ ਆਪਣੇ ਖਾਨਦਾਨ ਦੀ ਰੀਤ ਕਾਇਮ ਰੱਖ ਲਈ ਉਹ ਰੀਤ ਕਿਹੜੀ ਆ ਜੀ ਗਿਆਨੀ ਸੁਖਾ ਸਿੰਘ ਗੁਰਬਖਸ਼ ਪਾਸ਼ੇ ਦਸਵੀਂ ਜੀ ਕਹਿੰਦਾ ਹਮਰੇ ਬੰਸ ਰੀਤ ਐਮ ਆਈ ਸੀਸ ਦੇਤ ਪਰ ਧਰਮ ਨਾ ਜਾਏ ਉਹ ਸਾਡੇ ਖਾਨਦਾਨ ਦੀ ਰੀਤ ਇਹ ਆ ਸਾਡੀ ਸਿੱਖੀ ਦੀ ਰੀਤ ਹੀ ਇਹ ਆ ਕਿ ਸਿਰ ਲੱਗਦਾ ਦਿਲ ਲੱਗ ਜਾਵੇ ਜੀ ਮਾਤਾ ਗੁਰੂ ਜੀ ਦਾ ਖਾਨਦਾਨ ਇੱਕ ਤਾਂ ਖਾਨਦਾਨੀ ਤੌਰ ਤੇ ਵੀ ਗੱਲ ਕੀਤੀ ਪਰਿਵਾਰਕ ਤੌਰ ਤੇ ਵੀ ਗੱਲ ਕੀਤੀ ਜਾ ਸਕਦੀ ਆ ਹਾਂਜੀ ਪਰ ਖਾਨਦਾਨ ਦੌਰ ਤੇ ਸਾਡਾ ਖਾਨਦਾਨ ਦਾ ਗੁਰਨਾਨਕ ਵਾਲਾ ਨਾ ਜੀ ਸਾਡਾ ਖਾਨਦਾਨ ਤਾਂ ਗੁਰੂ ਗੋਬਿੰਦ ਸਿੰਘ ਵਾਲਾ ਆ ਸਾਡਾ ਖਾਨਦਾਨ ਤਾਂ ਸਿੱਖੀ ਵਾਲਾ ਆ ਨਾ ਸਿੱਖੀ ਸਦਕ ਦੀ ਗੱਲ ਸਾਡੇ ਖਾਨਦਾਨ ਦੀ ਗੱਲ ਸਾਡੇ ਕੀਦੇ ਦੀ ਗੱਲ ਕਿ ਸਾਡਾ ਸਿੱਖੀ ਸਦਕ ਨਾ ਜਾਵੇ ਹਮਰੇ ਬੰਸ ਰੀਤ ਇਮ ਆਈ ਸੀਸ ਦੇਥ ਪਰ ਧਰਮ ਨਾ ਜਾਈ ਸਿਰ ਦਿੱਤਾ ਜਾਵੇ ਪਰ ਧਰਮ ਨਹੀਂ ਜਾਣਾ ਚਾਹੀਦਾ ਸੋ ਕਹਿੰਦੀ ਬੱਚੇ ਛੋਟੇ ਸਨ ਬੜਾ ਦਾਰਸੀ ਮੰਦੇ ਵਿੱਚ ਜੀ ਕਦੇ ਡੋਲ ਨਾ ਜਾਣ ਤੇ ਬੱਚਿਆਂ ਨੇ ਉਹ ਰੀਤ ਜਿਹੜੀ ਸਾਡੇ ਖਾਨਦਾਨ ਦੀ ਸ਼ਗੀ ਸ਼ੀਸ਼ੇ ਦੇ ਕਿਸੇ ਦੇ ਜੀ ਕੈਮਰਾ ਨਾਲ ਹੀ ਪੂਰੀ ਕਰ ਲਈ ਸੀਸ ਦੇ ਦਿੱਤਾ ਆ ਤੇ ਹੁਣ ਮੈਂ ਸੁਰਖ ਰੂਆ ਇਹਦੀ ਸੁਰਖ ਰੂਆ ਨਾਲ ਹੀ ਗੱਲ ਲੈਣਾ ਹਾਂਜੀ ਇਹ ਬੜੀ ਹਰ ਬੰਦੇ ਲਈ ਜ਼ਰੂਰੀ ਆ ਉਹ ਇਹ ਗੱਲ ਜਿਹੜੀ ਗੁਰੂ ਪਰਿਵਾਰ ਤੋਂ ਸਿੱਖਣੀ ਚਾਹੀਦੀ ਆ ਹੁਣ ਪੋਤੇ ਸ਼ਹੀਦ ਹੋਗਾ ਤੇ ਮਾਤਾ ਕੁਝ ਨਹੀਂ ਕਰਦੀ ਮੈਂ ਸੁਰਖ ਰੂਆ ਸੁਰਖ ਰੂਆ ਹਾਂਜੀ ਹੁਣ ਸੁਰਖ ਰੂਆ ਜੀ ਤੇ ਅਸੀਂ ਪਤਾ ਕਦੋਂ ਕਹਿੰਦੇ ਸਰਖਰੂ ਇਹ ਕਹਿੰਦੇ ਜਦੋਂ ਪੁੱਤ ਵਿਆਹ ਲਿਆ ਉਦੋਂ ਸਰਖਰੂ ਸਰਖਰੂ ਹਾਂਜੀ ਅਜੀ ਪੁੱਤ ਦੀ ਵਿਆਹ ਲਿਆ ਕਿਤੇ ਸਰਖਰੂ ਹੋ ਗਾਇਆ ਜੀ ਜੀ ਉਹ ਭਾਈ ਪੁੱਤ ਦੀ ਵਿਆਹ ਕੇ ਸਰਖਰੂ ਨਹੀਂ ਹੁੰਦੇ ਹੈ ਪੁੱਤ ਦੀ ਵਿਆਹ ਕੇ ਤੇ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਜਿਨ੍ਹਾਂ ਨੇ ਕਰਕੇ ਦੇਖਿਆ ਉਹ ਨਾ ਉਹ ਦੇਖ ਲਿਓ ਇਹ ਤਾਂ ਮੱਖੀ ਜਿਹੜੀ ਹੈ ਨਾ ਜਦੋਂ ਦੁਨੀਆਂ ਦੀ ਤੁਸੀਂ ਕਹਿੰਦੇ ਸਰਖਰੂ ਹੈ ਸੁਖੀ ਜੀ ਇਹ ਮੱਖੀ ਜਿਹੜੀ ਮਿੱਠੇ ਤੇ ਆ ਜਾਂਦੀ ਨਾ ਜੀ ਮੱਖੀ ਤਾਂ ਮਿੱਠੇ ਮਰਨਾ ਜਿਹੜੀ ਮੱਖੀ ਮਿੱਠੇ ਦੇ ਕੋਲ ਆ ਕੇ ਬੈਠਣੀ ਸ਼ੁਰੂ ਹੋ ਗਈ ਖੰਡ ਦੀ ਯਾਨੀ ਕਿ ਉਹ ਆਮ ਤੌਰ ਤੇ ਤਾਂ ਗੁੜ ਘੜਦੇ ਹੁੰਦੇ ਪਿੰਡਾਂ 'ਚ ਹਾਂਜੀ ਤੇ ਗੁੜ ਕੜਾਏ ਚ ਪਾਉਂਦੇ ਹੁੰਦੇ ਸੀ ਤੇ ਮੱਖੀ ਗੁੜ ਕੜਾਏ ਚ ਉਹ ਖਾਂਦੀ ਖਾਂਦੀ ਮਿੱਠੇ ਦੇ ਬੈਠਦੀ ਬੈਠਦੀ ਉਹ ਕੜਾਏ ਦੇ ਜਿਹੜਾ ਗੁਰੂ ਹੁੰਦਾ ਸੀ ਨਾ ਜਿੱਥੇ ਗਰਮ ਗਰਮ ਪੈਣਾ ਉੱਥੇ ਬੈਠਿਆ ਵਿੱਚ ਮਰ ਜਾਣਾ ਜੀ ਜੀ ਤੇ ਗੁਰੂ ਸਾਹਿਬ ਨੇ ਇਹ ਗੱਲ ਕਿਤੇ ਦੇਖੀ ਹੋਊਗੀ ਗੁਰੂ ਸਾਹਿਬ ਕਹਿੰਦੇ ਮੱਖੀ ਤਾਂ ਮਿੱਠੇ ਮਰਨਾ ਇਹਦੇ ਵਿੱਚ ਬੜੀ ਜਾਣਾ ਹੈ ਜ਼ਿੰਮੇਵਾਰੀਆਂ ਸੁਰਖੂ ਨਹੀਂ ਤੁਸੀਂ ਹੁੰਦੇ ਪੁੱਤ ਵੇਲੇ ਤਾਂ ਜ਼ਿੰਮੇਵਾਰੀ ਸੁਰਖੂ ਨਹੀਂ ਧੀ ਵੇਲੇ ਤਾਂ ਸੁਰਖੂ ਨਹੀਂ ਤੁਸੀਂ ਸੇ ਕੋ ਹੋਰ ਫਸਦੇਗਾ ਹੋਰ ਫਸਦੇਗਾ ਪਰ ਇਹਦੇ ਵਿੱਚ ਸਾਰਾ ਕੁਝ ਦੁਨੀਆ ਦੇ ਕਾਰੋਬਾਰ ਕਰਦੇ ਆ ਜੇ ਨਿਰਲੇਪ ਰਹਿਨੇ ਆ ਜੀ ਫਿਰ ਸਰਖਰੂਆ ਜੀ ਫਿਰ ਸਰਖਰੂਆ ਨਹੀਂ ਜੀ ਜੀ ਪਰ ਅਸੀਂ ਤਾਂ ਪੁੱਤ ਦੀ ਵਿਆਹ ਕੇ ਕਹਿੰਦੇ ਸਰਖਰੂਆ ਤੇ ਸਾਡਾ ਜਿਹੜਾ ਗੁਰੂ ਆ ਸਾਡਾ ਸਤਿਗੁਰੂ ਕਹਿੰਦਾ ਵੀ ਚਾਰ ਪੁੱਤਰ ਵਾਰ ਦਿੱਤੇ ਨਾ ਅਬ ਗੰਧ ਗੱਲ ਕਰਦੀ ਗੁਰੂ ਸਾਹਿਬ ਨੇ ਇਹੀ ਕਿਹਾ ਸੀ ਨਾ ਹੂੰ ਹੂੰ ਕਿ ਕਿਆ ਲਾਗੇ ਮੇਰਾ ਤੇਰਾ ਤੁਝ ਕੋ ਸੌਂਤੇ ਕਿਆ ਲਾਗੇ ਮੇਰਾ ਪੁੱਤਰ ਵਾਰ ਦਿੱਤੇ ਹੂੰ ਹੂੰ ਤੇ ਫਿਰ ਕਿਆ ਮੈਂ ਸਰਖਰੂਆ ਜੀ ਜੀ ਤੂੰ ਦਿੱਤੇ ਸੀ ਤੇਰੇ ਕੋਲ ਆ ਗਿਆ ਵਾਪਸ ਮੈਂ ਸੁਰਖਰੂ ਹੋ ਗਿਆ ਇਹਨ ਪੁੱਤਰਨ ਕੇ ਸੀਸ ਪਰ ਬਾਹਰ दिए ਸੋਤੇ ਚਾਰ ਚਾਰ ਮੂਏ ਤੋ ਕੀ ਹੋਇਆ ਜੀਵਨ ਕਈ ਹਜ਼ਾਰ ਉਹ ਕਹਿੰਦੇ ਸਾਰੇ ਹਜ਼ਾਰ ਤੇਰੀ ਮਾਤਾ ਗੁਜਰੀ ਵੀ ਮਾਤਾ ਗੁਰੂ ਗੋਬਿੰਦ ਸਿੰਘ ਵੀ ਆਣਾ ਹਾਂਜੀ ਸਪਤਦੀ ਦੇ ਗੁਰ ਤੇਗ ਬਹਾਦਰ ਵੀ ਆਹ ਉਹ ਹੀ ਗੱਲ ਕਰ ਰਹੀ ਆ ਹੂੰ ਹੂੰ ਕਿ ਹੁਣ ਮੈਂ ਸੁਰਖਰੂ ਹੋ ਗਈ ਆ ਸਿੱਖੀ ਸਿੱਧਕਾ ਦਾ ਕਿਆ ਮਰਕਾ ਕਿ ਗੁਰੂ ਸਾਹਿਬ ਤੋਂ ਪਤਾ ਹਸ ਪੜਦੇ ਪੜਦੇ ਇਹ ਗੱਲਾਂ ਵੀ ਸਿੱਖ ਲਿਆ ਕਰੀਏ ਕਿ ਕਿੰਨਾ ਸੰਸਾਰ ਦੇ ਵਿੱਚ ਖਚੜ ਕਿੰਨਾ ਗੁਣਾ ਹੈ ਕੰਮ ਕਰਦਾ ਸੰਸਾਰ ਦੇ ਸਾਰੇ ਕਰਦੇ ਨੇ ਜ਼ਿੰਮੇਵਾਰੀਆਂ ਤੇ ਸਾਰੀਆਂ ਨਿਭਾਉਣੀਆਂ ਪਰ ਉਹਦੇ ਵਿੱਚ ਮੱਖੀ ਦਾ ਮਿੱਠੇ ਮਰਨਾ ਵਾਂਗ ਖਚੜ ਨਹੀਂ ਹੁੰਦੇ ਦਾਣਾ ਕਰਨਾ ਸਾਕੂਚ ਬੈਣਾ ਪਰ ਇੱਕ ਹੁੰਦਾ ਆਪਣੇ ਆਪ ਨੂੰ ਨਰਲੇਬ ਰੱਖ ਕੇ ਕਰ ਲੈਣਾ ਇੱਕ ਹੁੰਦਾ ਖਚਿਤ ਹੋ ਕੇ ਕਰਨਾ ਵਿਚੇ ਵਿਚੇ ਉਹਦੇ ਸ਼ਾਮਲ ਹੋ ਜਾਣਾ ਕੋਈ ਫਿਲਮ ਦੇਖ ਲੈਣੀ ਮਾੜੀ ਗੱਲ ਨਹੀਂ ਜੀ ਔਰ ਫਿਲਮ ਦਾ ਹਿੱਸਾ ਬਣ ਜਾਣਾ ਮਾੜੀ ਗੱਲ ਹੈ। ਤੂੰ ਦੇਖ ਲਓ ਇਹ ਸੰਸਾਰ ਤੁਸੀਂ ਸੰਸਾਰ ਦੇ ਉੱਤੇ ਇੱਕ ਫਿਲਮ ਦੇਖਣਾ ਇਦਾਂ ਸਮਝ ਲਓ। ਆਪਣੇ ਆਪ ਨੂੰ ਨਰਲੇ ਦਾਖਲੋ ਤੋਂ ਵੱਖਰੇ rakh ke ਦੇਖੋ ਮੈਨੂੰ ਦੇਖਣਾ ਹੈ ਕਿਤੇ ਤੁਹਾਨੂੰ ਵੀ ਉਹ ਪਾਤਰ ਬੰਨਣਾ ਪੈ ਗਿਆ ਤੇ ਬਣ ਜਾਣਾ। ਪਰ ਆਪਣੇ ਆਪ ਨੂੰ ਤੁਰਖਣਾ ਆਪਣੇ ਅੰਤਰਾਤਮ ਨੂੰ ਉੱਤੇ ਰੱਖਣਾ ਤੇ ਮਾਤਾ ਗੁਜਰੀ ਨੇ ਉਹ ਹੀ ਕਹਾਣੀ ਠੀਕ ਹੁਣ ਮੈਂ ਸੁਰਖਰੂ ਤੇ ਹੁਣ ਮੈਂ ਸੁਰਖਰੂ ਹਾਂ ਤੇ ਹੁਣ ਮੈਂ ਕਾਲਪੁਰਖ ਨਾਲ ਵੀ ਪੂਰੀ ਲੈ ਵ ਇਧਰੋਂ ਸੁਰਖਰੂ ਹੋ ਗਈਆਂ ਹੁਣ ਕੋਈ ਬਾਹਰਲਾ ਫਿਕਰ ਨਹੀਂ ਰਿਹਾ ਹੁਣ ਮੈਂ ਜੁੜ ਸਕਦੀ ਹਾਂ। ਮਾਤਾ ਗੁਜਰੀ ਜੀ ਕਾਲਪੁਰਖ ਨਾਲ ਜੁੜ ਗਿਆ ਲਿਵ ਜੁੜ ਗਿਆ ਉਹਨਾਂ ਦੀ ਲਿਵ ਐਸੀ ਜੁੜੀ ਜੀ ਕਿੰਦੇ ਉਹਨਾਂ ਦੀ ਲਿਵ ਦਸਮਦਵਾਰ ਚ ਪਹੁੰਚ ਗਈ ਜਦੋਂ ਬਿਲਕੁਲ ਜੁੜੇ ਹੋਏ ਆ ਜਦੋਂ ਉਹਨਾਂ ਦੀ ਲਿਵ ਦਸਮਦਵਾਰ ਦੇ ਵਿੱਚ ਆ ਹਾਂਜੀ ਜਦੋਂ ਜੁੜੇ ਹੋਏ ਆ ਹੂੰ ਹੂੰ ਉਦੋਂ ਵਜੀਰ ਖਾਨ ਨੇ ਕਿਹਾ ਵੀ ਹੁਣ ਤਾਂ ਪੋਤੇ ਚਲ ਗਿਆ ਤੇ ਮਾਤਾ ਜੀ ਪੋਤੇ ਨਹੀਂ ਮੰਨੇ ਤੇ ਮਾਤਾ ਨੇ ਕਿਹਾ ਦੀਨ ਦੀ ਗੱਲ ਮੰਨ ਲੈਣੀ ਆ ਤੇ ਉਹ ਵੀ ਕਟਾਟਾ ਨਵੇੜਦੇ ਉਹਦੇ ਪੇਜੇ ਪਹਿਰੇਦਾਰ ਨੇ ਜਿਹੜੇ ਸੀਗੇ ਆ ਕੇ ਉੱਚੇ ਬੁਰਜ ਦੇ ਉੱਤੇ ਜਿੱਥੇ ਕੈ ਸੀ ਉੱਥੋਂ ਚੱਕ ਕੇ ਥੱਲੇ ਮਾਰਿਆ ਮਾਤਾ ਵੀ ਸ਼ਹੀਦ ਹੋ ਗਈ ਠੀਕ ਸਾਡੇ ਚ ਦੋ ਤਰ੍ਹਾਂ ਦੀ ਮਿਲਦੀ ਆ ਇੱਕ ਇਹ ਕਹਿੰਦੇ ਮਾਤਾ ਨੇ ਦਸਮ ਦਵਾਰ ਚ ਸਵਾਸ ਚੜ੍ਹ ਲੈ ਸੀ ਹਾਂਜੀ ਤੇ ਸਵਾਸ ਬਾਝ ਚ ਉਤਾਰੇ ਨਹੀਂ ਜੀ ਜੀ ਮਾਤਾ ਨੇ ਇਦਾਂ ਸੀ ਤਿਆਗ ਦਿੱਤਾ ਇਦਾਂ ਵੀ ਸਾਡੇ ਇਤਿਹਾਸ ਲਿਖਿਆ ਆ ਹਮ ਹਮ ਪਰ ਮੈਨੂੰ ਹੁਰਤਣ ਲੀਣਾ ਹੈ ਮਾਤਾ ਗੁਰੂ ਗੋਬਿੰਦ ਸਿੰਘ ਦੀ ਮਾਤਾ ਆ ਉਹਨੇ ਸ਼ਹਾਦਤ ਦੇ ਰਾਹੀ ਜਾਣਾ ਆ ਜੀ 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 ਉਹਨੇ ਆਪਣੇ ਆਪ ਵੀ ਨਹੀਂ ਜਾਣਾ ਹੈਗਾ ਉਹ ਤੇ ਕਿੰਤੂ ਵੀ ਆ ਸਕਦਾ ਹੈ ਕਿ ਆਪ ਜਾਂਦੀ ਕਿ ਦੂਰ ਤੇ ਪਰ ਆਪਣੇ ਸਵਾਸਾਂ ਨੂੰ ਭਜਨੀਕ ਪੁਰਸ਼ ਜਦੋਂ ਲਜਾਣਾ ਚਾਹੇ ਜਿਸ ਪੱਧਰ ਦੀ ਮਾਤਾ ਗੁਜਰੀ ਦਾ ਜੀਵਨ ਸੀਗਾ ਕਿੰਨੀ ਤਪੱਸਿਆ ਕਰਤੇ ਇੱਕ ਵਾਰ ਦੇ ਲਜਾਣਾ ਚਾਹੇ ਲਜਾ ਸਕਦੇ ਆ ਪਰ ਸਾਡੇ ਇਤਿਹਾਸਕਾਰਾਂ ਕੋਸ਼ਿਸ਼ਾਂ ਵੀ ਜ਼ਿਕਰ ਕੀਤਾ ਕਿ ਪਹਿਰੇ ਦਾ ਰਾਏ ਵਜੀਰ ਖਾਨ ਦਾ ਇਸ਼ਾਰਾ ਸੀ ਵੀ ਉਹਨੂੰ ਚੱਕ ਕੇ ਬੁਰਜ ਤੋਂ ਮਾਰਿਆ ਤਾਂ ਮਾਤਾ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਜੀ ਇਹ ਗੱਲ ਦੁੱਜੀ ਮੈਂ ਦੁਨਿਆਵੀ ਤੌਰ ਤੇ ਜ਼ਿਆਦਾ ਮਨ ਜੋ ਮੰਨ ਲੈਣੇ ਚਲੋ ਆਪਾਂ ਦੁਨਿਆਵੀ ਤੌਰ ਤੇ ਮੰਨ ਲੈਣੇ ਪਰ ਦੋਨੇ ਹੀ ਦਾਵਾ ਮਿਲਦੀਆਂ ਮੈਂ ਦੋਨਾਂ ਦਾ ਜ਼ਿਕਰ ਕਰ ਦਿੰਦਾ ਥੱਲੇ ਕਾਲਪੁਰਖ ਚ ਜੁੜੀ ਹੋਈ ਸੀ ਸੋ ਸੂਬੇ ਨੇ ਮਾਤਾ ਗੁਜਰੀ ਨੂੰ ਵੀ ਸ਼ਹੀਦ ਕਰਾਤਾ ਬੁਰਜ ਤੋਂ ਠੰਡੇ ਬੁਰਜ ਤੋਂ ਥੱਲੇ ਦੇ ਕੇ ਸੋ ਸ਼ਹੀਦ ਕਰਾਇਆ ਸੋ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਵੀ ਸ਼ਹੀਦ ਹੋਗਾ ਦੋ ਪੁੱਤਰ ਪਹਿਲਾ ਸ਼ਹੀਦ ਹੋ ਚ ਪੁੱਤਰ ਵੀ ਸ਼ਹੀਦ ਹੋਗਾ ਪਿਤਾ ਪਹਿਲਾ ਸ਼ਹੀਦ ਸੋ ਮਾਤਾ ਵੀ ਸ਼ਹੀਦ ਹੋ ਗਿਆ ਨੂਰਾ ਮਾਹੀ ਜਿਹੜਾ ਆ ਗੁਰੂ ਗੋਬਿੰਦ ਸਿੰਘ ਨੂੰ ਦੱਸ ਰਿਹਾ ਤੇ ਇੱਥੇ ਆ ਕੇ ਫੇਰ ਰੁਕ ਗਿਆ ਗਲਿਡੂ ਪਰੇ ਹੋਇਆ ਪਰ ਸਤਿਗੁਰੂ ਡੋ ਲਿਆ ਪੁੱਤਾਂ ਦੀ ਸ਼ਹਾਦਤ ਵਲੇ ਡੋਲ ਰਹਾ ਹੈ ਵੱਡੇ ਪੁੱਤਰਾ ਦੀ ਸ਼ਹਾਦਤ ਵਲੇ ਡੋਲ ਰਹਾ ਛੋਟੇ ਪੁੱਤਰਾ ਦੀ ਸ਼ਹਾਦਤ ਵਲੇ ਡੋਲ ਰਹਾ ਤੇ ਕਹਿੰਦੇ ਮਾਂ ਦੇ ਨਾਲ ਸਭ ਤੋਂ ਜ਼ਿਆਦਾ ਮੋਹ ਹੁੰਦਾ ਦੁਨੀਆਂ ਵੀ ਕਰਦੇ ਪਰ ਮਾਂ ਦੀ ਸ਼ਹਾਦਤ ਹੋ ਗਈ ਤਾਂ ਵੀ ਡੋਲ ਰਹਾ ਐਦਾਂ ਦਾ ਪੈਗੰਬਰ ਦੁਨੀਆਂ ਨੂੰ ਨਹੀਂ ਕੋਈ ਇਸ ਸੰਸਾਰ ਨੂੰ ਨਾ ਗੁਰੂ ਗੋਬਿੰਦ ਸਿੰਘ ਤੋਂ ਪਹਿਲਾਂ ਵਾਲਾ ਗੁਰੂ ਗੋਬਿੰਦ ਸਿੰਘ ਅਡੋਲ ਸਤਗੁਰੂ ਨੂਰਾਮਾਹੀ ਰੁੱਕ ਗਿਆ ਆ ਤਿੰਨ ਸਿੰਘ ਕੋਲ ਆਲਦ ਵਾਲੇ ਖੜੇ ਸੁਣ ਰਹਿ ਸੀ ਪੈਰੇ ਦੇ ਉੱਤੇ ਭਾਈ ਦਿਆ ਸਿੰਘ ਜੀ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਜਿਹੜੇ ਚਮਕੌਰ ਤੋਂ ਹੀ ਸਤਗੁਰੂ ਦੇ ਨਾਲ ਨਿਕਲੇ ਸੀਗੇ ਜੀ ਜੀ ਮਾਸ਼ੀਰਵਾਲ ਵੜਿਆ ਕੇ ਨਾਲ ਸਤਗੁਰੂ ਦੇ ਜੁੜ ਗਏ ਸੀਗੇ ਉਦੋਂ ਤੋਂ ਲੈ ਕੇ ਨਾਲ ਸੀ ਤੇ ਪੂਰੀ ਤਰ੍ਹਾਂ ਪਹਿਰੇਦਾਰੀ ਚ ਅਰਦਲ ਚ ਰਹਿੰਦੇ ਹੁੰਦੇ ਸੀ ਭਾਈ ਮਾਨ ਸਿੰਘ ਗੜਵਈ ਦੇ ਤੌਰ ਤੇ ਹੁੰਦਾ ਸੀ ਮਿਸ਼ਨ ਨਾਲ ਤੇ ਸੱਜੇ ਤੇ ਖੱਬੇ ਦੋਨੇ ਬਨੇ ਇੱਕ ਬਨੇ ਭਾਈ ਦਾਸ ਸਿੰਘ ਦੂਜੇ ਬਨੇ ਭਾਈ ਧਰਮ ਸਿੰਘ ਜੀ ਪਹਿਰੇਦਾਰੀ ਦੇ ਤੌਰ ਤੇ ਉੱਤੇ ਇਹ ਨਾਲ ਸਾਰੇ ਟਾਈਮ ਨਾਲ ਸਤਗੁਰੂ ਤੇ ਇਹ ਆਲਦ ਵਾਲੇ ਜਦੋਂ ਸੁਣਦੇ ਆ ਵੀ ਸੁਣਦਾ ਸੀ ਇਹਨਾਂ ਦੇ ਵੀ ਗਲੀ ਡੂ ਜਾ ਰਹਾ ਹੈ ਬਾਈ ਦਾਸ ਸੰਦੇ ਭਾਈ ਤਰਪ ਸੰਦੇ ਭਾਈ ਮਾਨ ਸੰਦੇ ਅਕਸਰ ਗੁਰੂ ਦੇ ਪੁੱਤਰ ਸੀਗੇ ਜੀ ਔਰ ਬੜੀ ਮਾਰਮਕ ਸਾਥੀ ਸਾਡੇ ਕਹਿਣ ਲੱਗਿਆਂ ਗੱਲ ਅੰਦਰੋਂ ਰੁਕ ਭਰਿਆ ਜਾਂਦਾ ਹਾਂਜੀ ਤੇ ਉਹ ਤਾਂ ਸੁਣ ਰਿਹਾ ਸੀ ਉਦੋਂ ਤਾਜ ਦਾ ਜਾਂ ਸੁਣਦਾ ਸੀ ਨੂਰਾ ਮਾਈ ਦੱਸ ਰਣ ਨੂਰਾ ਮਾਈ ਤੂੰ ਨਹੀਂ ਦੱਸ ਹੋਇਆ ਜਾਂ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨੂੜਾ ਗੰਗ ਅਗੇ ਕੀ ਕਹਿਆ ਉਹ ਨੂਰਾ ਕਰਨ ਲੱਗੇ ਅੱਗੇ ਇਦਾਂ ਅਸੀਂ ਵੀ ਸੂਬਾ ਜ਼ੁਲਮ ਕਰਨੋਂ ਬਾਜ਼ ਨਹੀਂ ਆ ਰਿਹਾ ਪਹਿਲਾਂ ਸਾਬਜਾ ਦੇ ਸ਼ਹੀਦ ਕਰਤੇ ਫਿਰ ਮਾਤਾ ਸ਼ਹੀਦ ਕਰਤੀ ਜ਼ੁਲਮ ਦੀ ਹੱਦ ਕਰਤੀ ਉਹਨੇ ਕਹਿੰਦਾ ਵੀ ਸਰਹੰਦ ਦੇ ਵਿੱਚ ਇਹਨਾਂ ਨੂੰ ਸਰਹੰਦ ਦੀ ਤਖਤੀ ਤੇ ਗੁਰੂ ਦੇ ਪਰਿਵਾਰ ਲਈ ਥਾਂ ਨਹੀਂ ਇੱਥੇ ਸਨਕਾਰ ਨਹੀਂ ਕੀਤਾ ਜਾਂਦਾ ਜੀ 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 ਇੱਥੇ ਨੇ ਥਾਂ ਥੋੜਾ ਜਿਹਾ ਇੱਥੇ ਸਨਕਾਰ ਕਰ ਦਤਾ ਹਾਂ ਹਾਂਜੀ ਇਹ ਥਾਂ ਤਾਂ ਮੇਰੀ ਆ ਜੀ ਥਾਂਵਾਂ ਦਾ ਮਾਲਕ ਬਣ ਕੇ ਬੈਠ ਗਿਆ ਇਹ ਨਹੀਂ ਜਾਣਦਾ ਕਿ ਜਿਸ ਆਸਨ 'ਤੇ ਹਮ ਬੈਠੇ ਕਿੱਤੇ ਬੈਠ ਗਿਆ ਗੁਰਬਾਣੀ ਕਹਿੰਦਾ ਹਾਂਜੀ ਸ਼ੇਖ ਯਾਤੀ ਜਗ ਨਾ ਕੋਈ ਠਿਰ ਰਿਹਾ ਜਿਸ ਆਸਨ ਹਮ ਬੈਠੇ ਕਿਤੇ ਬੈਠ ਗਿਆ ਪਰ ਇਹ ਥਾਂ ਕੰਨਾ ਮੇਰੀ ਸਹਾਂ ਦੀ ਕਹਿੰਦਾ ਇੱਥੇ ਗੁਰੂ ਦੇ ਪਰਿਵਾਰ ਦਾ ਸਸਕਾਰ ਨਹੀਂ ਹੋ ਸਕਦਾ ਕੋਈ ਸਸਕਾਰ ਨਹੀਂ ਕਰ ਸਕਦਾ ਜਿਹਨੇ ਕਰਨ ਦੀ ਕੋਸ਼ਿਸ਼ ਕੀਤੀ ਪੈਰਾਂ ਦੇ ਉੱਚੀਲਾ ਨੂੰ ਖਾਂਦਿਓ ਗਿਰਜਾਂ ਨੂੰ ਖਾਂਦਿਓ ਪੈਰਾਂ ਦੇ ਜਿੱਥੇ ਪਿਆ ਪਰ ਸਹਾਂ ਦੇ ਜਿਹੜੇ ਹਿੰਦੂ ਸਿੱਖ ਪਰਿਵਾਰ ਸੀ ਇਕੱਠੇ ਹੋ ਗਏ ਜੀ ਸ਼ੂਬੇ ਕੋਲ ਗਏ ਹੂੰ ਹੂੰ ਉਹਨਾਂ ਦੀ ਅਗਵਾਈ ਜਿਹੜੀ ਆ ਅਗਵਾਈ ਜਿਹੜੀ ਉਹਨਾਂ ਦੀ ਆ ਹਾਂਜੀ ਉਹ ਟੋਡਰਮਲ ਨੇ ਕੀਤੀ ਜੀ ਇਹ ਟੋਡਰਮਲ ਜਿਹੜਾ ਸੀ ਇਹ ਵੀ ਬੜਾ ਇੱਕ ਤਰ੍ਹਾਂ ਦਾ ਇਹ ਇਤਿਹਾਸ ਦਾ ਐਸਾ ਪਾਤਰ ਆ ਜੀ ਜਿਹੜਾ ਸਿੰਘਾਂ ਦੇ ਖਿਲਾਫ ਲੜਦਾ ਵੀ ਰਿਹਾ ਕਿਸੇ ਟਾਈਮ ਜਿਹਦੇ ਪਰਿਵਾਰ ਪਹਿਲਾਂ ਵੀ ਕਿਉਂਕਿ ਮੁਗਲ ਹਕੂਮਤ ਦੇ ਵਿੱਚ ਜਗਾ ਹਾਂਜੀ ਲੜਦਾ ਵੀ ਰਿਹਾ ਪਰ ਅੰਦਰੋਂ ਸ਼ਰਦਾ ਵੀ ਰੱਖੀ ਆ ਠੀਕ ਹੈ ਇਹਦਾ ਬਾਬਾ ਜਿਹੜਾ ਸੀ ਨਾ ਟੋਡਰਮਾਲ ਦਾ ਇਹ ਟੋਡਰਮਾਲ ਨਾਮ ਪੈ ਗਿਆ ਪਰ ਟੋਡਰਮਾਲ ਜਿਹੜਾ ਅਸਲੀ ਜਿਹੜਾ ਬੱਲਾ ਟੋਡਰਮਾਲ ਸੀਗਾ ਇਹਦਾ ਜਿਹੜਾ ਬਾਬਾ ਸੀਗਾ ਜੀ ਜੀ ਉਹ ਕਿਸੇ ਟਾਈਮ ਸਰਹੰਦਾ ਦਾ ਗਵਰਨਰ ਰਿਆ ਸੀ ਹਮ ਹਮ ਤੇ ਬੜਾ ਅਨਸਾਫ ਪਸੰਦ ਗਵਰਨਰ ਸੀਗਾ ਬੜਾ ਜਾਨੀ ਕਿ ਸਰਹੰਦਾ ਉਹਦੇ ਸਮਲੇ ਬੜਾ ਅਨਸਾਫ ਪਸੰਦ ਰਿਆ ਤੇ ਇਹ ਉਹਦਾ ਦਾ ਪੁੱਤਾ ਸੀਗਾ ਗਾਇ ਦੇ ਪੁੱਤਰ ਪੋਤੇ ਵੀ ਸਿੰਘਾਂ ਦੇ ਖਿਲਾਫ ਲੜੇ ਵੀ ਆ ਪੈਸੀ ਵੀ ਹਕੂਮਤ ਨੂੰ ਦੇਦੇ ਰਿਹਾ ਜਦੋਂ ਹਕੂਮਤ ਕਰੇ ਜਾਂਦੀ ਰਹੀ ਪਰ ਵੱਡੇ ਅਮੀਰ ਘਰਾਣੇ ਸੀਗੇ ਇਹ ਜੀ ਜੀ ਬੜਾ ਪੈਸਾ ਕਮਾਇਆ ਸੀ ਇਹਦੀ ਸੁਨਾਨ ਦੇ ਵਿੱਚ ਹਵੇਲੀ ਜਿਹੜੀ ਇਹਨੇ ਬਣਾਈ ਸੀ ਤੇ ਦਾਦੇ ਨੇ ਉਹ ਹਵੇਲੀ ਦਾ ਨਾਮ ਜਹਾਜ਼ ਹਵੇਲੀ ਸੀ ਸਮੁੰਦਰੀ ਜਹਾਜ਼ ਦੀ ਸ਼ਕਲ ਦੇ ਵਿੱਚ ਬਣਾਈ ਸੀ ਤੇ ਸਮੁੰਦਰੀ ਜਹਾਜ਼ ਦੇ ਵਿੱਚ ਕਿਉਂਕਿ ਘਰ ਵਾਲੀਆਂ ਸਾਰੀਆਂ ਸੁਲਤਾਨਾ ਹੁੰਦੀਆਂ ਕਿਉਂਕਿ ਸਾਲਾਂ ਸਾਲਾਂ ਬੱਧੀ ਸਫ਼ਰ ਕਰਨਾ ਪੈਂਦਾ ਹੁੰਦਾ ਹੁੰਦਾ ਸੀਗਾ ਮਹੀਨਾ ਬੱਧੀ ਸਫ਼ਰ ਕਰਨਾ ਪੈਂਦਾ ਹੁੰਦਾ ਸੀਗਾ ਤੇ ਘਰ ਵਾਲੀਆਂ ਸਾਰੀਆਂ ਸੁਲਤਾਨਾ ਹੁੰਦੀਆਂ ਸਮੁੰਦਰੀ ਜਹਾਜ਼ ਵਾਂਗੂ ਬੇੜਾ ਬਣਾ ਕੇ ਹਵੇਲੀ ਬਣਾ ਕੇ ਉਹਦੇ ਵਿੱਚ ਸਾਰੀਆਂ ਸੁਲਤਾਨਾ ਰੱਖਿਆ ਸੀ ਇਸੇ ਕਰਕੇ ਉਹਦੀ ਹਵੇਲੀ ਨੂੰ ਅੱਜ ਵੀ ਜਹਾਜ਼ ਹਵੇਲੀ ਕਿਹਾ ਜਾਂਦਾ ਜੀ ਉਹਦੇ ਖੰਡਰ ਮਿਲਦੇ ਆ ਖੰਡਰ ਹੈਗੇ ਸਰਾਂ ਦੇ ਵਿੱਚ ਪਰ ਉਹਦੀ ਜਿੱਦਾਂ ਸਾਂਭ ਸੰਭਾਲ ਹੋਣੀ ਚਾਹੀਦੀ ਸੀ ਉਦਾਂ ਨਹੀਂ ਉਹ ਖੰਡਰ ਹੈਗੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਿਆਨ ਗਿਆ ਆ ਇੰਗਲੈਂਡ ਦੇ ਸਿੱਖਾਂ ਨੂੰ ਇੱਕ ਦੋ ਵਾਰੀ ਸੇਵਾ ਮਿਲ ਚੁੱਕੀ ਪਰ ਸੇਵਾ ਸਿਰੇ ਨਹੀਂ ਚੜ੍ਹ ਸਕੀ ਪਰ ਉਹ ਹਵੇਲੀ ਦੀ ਹੁਣ ਕਾਰ ਸੇਵਾ ਚੱਲ ਰਹੀ ਸ਼੍ਰੋਮਣੀ ਕਮੇਟੀ ਦਾ ਧਿਆਨ ਚੱਲ ਰਿਹਾ ਉਹ ਤੇ ਲਿਭ ਨਹੀਂ ਗਿਆ ਹੋਇਆ ਜਹਾਜ਼ ਹਵੇਲੀ ਜਿਹੜੀ ਟੁੱਟਣ ਵਾਲਦੀ ਆ ਉਹ ਉਜੜੀ ਪਈ ਸੀ ਮੈਂ ਉਹਦੀ ਮੈਂ ਉਹ ਉਜੜੀ ਹੋਈ ਦੇ ਤੌਰ ਤੇ ਦੇਖਿਆ ਪਰ ਉਹਦੀ ਹੁਣ ਕਿੰਨਾ ਚਿਰ ਹੋ ਗਿਆ ਨਹੀਂ ਆ ਕਰੋਨਾ ਕਰਕੇ ਨਹੀਂ ਜਾ ਹੋਇਆ ਕਿ ਉਹਦੀ ਕਿਸ ਹਾਲਤ ਆ ਹੁਣ ਐਦਾਂ ਜੀ ਪਰ ਮੈਨੂੰ ਉਜਾੜੇ ਦੀ ਹਾਲਾਤ ਚ ਕਈ ਚੰਗਾ ਦੇਖਿਆ ਜੀ ਜੀ ਤੇ ਜਹਾਜੇ ਵੇਲੀ ਸੀ ਦੀ ਬੜੀ ਵੱਡੀ ਹਵੇਲੀ ਸੀ ਜੀ ਤੇ ਇਹਨੇ ਟੋਰਡਰ ਮਾਲ ਨੇ ਅਗਵਾਈ ਕੀਤੀ ਤੇ ਉਹਨੇ ਕਿਹਾ ਜੀ ਸ਼ੁਭੇਦਾਨ ਨੂੰ ਕਿ ਏਦਾਂ ਜ਼ੁਲਮ ਨਾ ਕਰੋ ਕੁਝ ਜ਼ਿਆਦਾ ਕਰ ਚਾਓ ਤੁਹਾਡੀ ਪਰਜਾ ਸੀ ਤੇ ਦਸੋ ਉਹ ਕਹਿੰਦਾ ਵੀ ਜੇ ਮੇਰੀ ਸ਼ਾਂਤੀ ਤਾਂ ਹੈ ਨਹੀਂਗੀ ਜੀ ਜੇ ਤੁਸੀਂ ਸੰਸਕਾਰ ਕਰਨਾ ਥਾ ਮੁੱਲ ਲਓ ਹਾਂਜੀ ਨੂੰਰਾ ਦੱਸ ਰਿਹਾ ਹੈ ਸਭ ਨੂੰ ਜੀ ਉਹ ਕਹਿੰਦੇ ਦੱਸੋ ਜੀ ਥਾਂ ਲੈਣ ਨੂੰ ਤਿਆਰ ਆ? ਹਾਂਜੀ। ਉਹ ਕਹਿੰਦਾ ਮੋਹਰਾਂ ਵਿਸ਼ਾ ਕੇ ਥਾਂ ਲੈਣੀ ਪਊਗੀ। ਜੀ ਜੀ। ਸੋਨੇ ਦੀਆਂ ਮੋਹਰਾਂ ਵਿਸ਼ਾ ਦਿਓ ਜਿੰਨੀ ਥਾਂ ਤੇ ਮੋਹਰਾਂ ਵਿਸ਼ਾ ਦਿਓਗੇ ਤੁਸੀਂ। ਜਿੰਨੇ ਚ ਉਹਨਾਂ ਦੇ ਸਰੀਰ ਆਉਣਗੇ ਉਹਨਾਂ ਜਿੰਨੀ ਥਾਂ ਤੇ ਮੋਹਰਾਂ ਵਿਸ਼ਾ ਦਿਓਗੇ ਉਨੀ ਥਾਂ ਦੇ ਸਤਿਕਾਰ ਕਰਨਾ ਪਊਗਾ ਭਾਵੇਂ ਤੁਸੀਂ ਇੱਕ ਮਰਲਾ ਥਾਂ ਲੈ ਲਓ ਤੇ ਭਾਵੇਂ ਦੋ ਮਰਲੇ ਲੈ ਲਓ ਜਿੰਨੀ ਮੋਹਰਾਂ ਵਿਸ਼ਾ ਸਕਦੇ ਮੋਹਰਾਂ ਮੈਂ ਵਿਸ਼ਾ ਲੈਣੀਆਂ। ਜੀ। ਇਹ ਟੋਡਰਨ ਵਾਲੇ ਮੋਹਰਾ ਇਕੱਠੀਆਂ ਕੀਤੀਆਂ ਉਹਦੇ ਵਿੱਚ ਕਹਿੰਦੇ ਕੁਝ ਸਰਹੰਦ ਦੇ ਲੋਕਾਂ ਨੇ ਹੋਰਾਂ ਨੇ ਵੀ ਹਿੱਸਾ ਪਾਇਆ ਬਾਬਾ ਮੋਤੀਦਾਬ ਵੀ ਮਹਿਰਾ ਵੀ ਨਾਲ ਆ ਜੀ ਔਰ ਉਹਦੇ ਵਿੱਚ ਸਾਡੇ ਇਤਿਹਾਸ ਨੇ ਵੀ ਜ਼ਿਕਰ ਕੀਤਾ ਕਿ ਚਾਦਰ 20 ਫੇਰੀ ਗਈ ਸਰਹੰਦ ਦੇ ਘਰਾਂ ਚ ਉਹ ਪਰ ਹੋਰ ਤਰ੍ਹਾਂ ਨੇ ਜ਼ਿਕਰ ਕਰਦੇ ਜਿਹੜੀ ਮੈਂ ਉਹ ਹੀ ਗੱਲ ਕਹਿੰਦਾ ਜਾਣਾ ਸਰ ਜੀ ਜੀ ਕਿ ਜਦੋਂ ਮੋਹਰਾ ਬਿਸ਼ਾਤਿਆਂ ਦੇ ਸੂਬੇਦਾਰ ਕਹਿੰਦਾ ਮੈਂ ਦੇਖਣ ਜਾਵਾਂ ਮੋਹਰਾ ਮੋਰੀਆਂ ਨੇ ਸੱਚੀ ਵਸਾਈਆਂ ਵਸਾਈਆਂ ਹਾਂ ਜੀ ਜਦੋਂ ਮੋਹਰਾ ਵਿਛਾ ਦਿੱਤੀਆਂ ਗਈਆਂ ਥਾਂ ਲੈਣ ਲਈ ਤੇ ਸੂਬੇਦਾਰ ਗਿਆ ਤੇ ਮੋਹਰਾ ਦੇਖ ਕੇ ਇੰਨੀਆਂ ਸਾਰੀਆਂ ਜੀ ਉਹਦੇ ਅੱਖਾਂ ਜਾ ਕੇ ਹੋਰ ਲਾਲਚ ਆ ਲਾਲਚ ਵੱਧ ਗਿਆ ਉਹਦਾ ਹਾਂਜੀ ਉਹ ਕਹਿੰਦਾ ਨਹੀਂ ਨਹੀਂ ਐਦਾਂ ਨਹੀਂ ਮੈਂ ਕਹਿਆ ਸੀ ਮੋਹਰਾ ਖੜੇ ਦਾ ਵਿਛਾਉਣੀਆ ਜੀ ਹੁਣ ਮੋਹਰ ਜੇ ਗੋਲ ਦਾ ਤੇ ਐਦਾਂ ਰੱਖੀ ਜਾਓਗੀ ਤੈਨੂੰ ਥਾਂ ਜਿਆਦਾ ਘਿਰਨੀਆ ਪਰ ਜੇ ਖੜੀ ਕਰ ਦਿੱਤੀ ਉਹਨੇ ਥਾਂ ਤੇ ਘੱਟ ਘਿਰਨੀਆ ਜੀ ਉਹ ਕਹਿੰਦਾ ਨਹੀਂ ਨਹੀਂ ਮੈਂ ਕਿਹਾ ਸੀਗਾ ਕਿ ਮੋਹਰਾ ਖੜੇ ਦਾ ਵਿਛਾਉਣੀਆ ਜੀ ਤੂੰ ਜੇ ਖੜੇ ਦਾ ਵਿਛਾਉਂਦੇ ਤੂੰ ਸਿਸਕਾਰ ਦੀਓਂ ਕੀ ਥਾਂ ਹੀ ਨਹੀਂ ਬੰਦੀ ਫੂਕਰੀ ਜੀ 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 ਸੋ ਭਾਵੇਂ ਦੇ ਸਰਹੰਦ ਦੇ ਵਿੱਚ ਟੋਡਰਮਲ ਕੋ ਜਿੰਨੀਆਂ ਮੂਹਰਾ ਪਹਿਲਾਂ ਵਛਾਤੀਆਂ ਗਈਆਂ ਸੀ ਸਰਹੰਦ ਦੇ ਵਿੱਚ ਬਾਬਾ ਮੋਤੀ 라ਮ ਉਹਨਾਂ ਨੇ ਟੋਡਰਮਲ ਨੇ ਔਰ ਲਗਾਣ ਤਾਰਨ ਆਇਆ ਸੀ ਫੂਲ ਦਾ ਪੁੱਤਰਾ ਜੀ ਜੀ ਤ੍ਰਲੋਕ ਚੌਧਰੀ ਹੂੰ ਹੂੰ ਉਹਨੇ ਰਲ ਕੇ ਕੁਛ ਲਗਾਣ ਦੇ ਪੈਸੇ ਉਹਦੇ ਕੋਲ ਹੈਗੇ ਸੀ ਜੀ ਜੀ ਉਹ ਤੇ ਕੁਛ ਉਹਨਾਂ ਨੇ ਸਰਹੰਦ ਦੇ ਵਿੱਚ ਲੈ ਕੇ ਹੁੱਕਾ ਦੇ ਕਿਚਾਦਰ ਫੇਰੀ ਸਿੱਖ ਘਰਾਂ ਦੇ ਵਿੱਚ ਜਿਹੜੇ ਆਪਣੇ ਆਪਣੇ ਕਾਰੀ ਸਿਰਦਾ ਵਣ ਕਰ ਸੀ ਉਹ ਚਾਦਰ ਫੇਰ ਕੇ ਸੋਨੇ ਦਾ ਮੋਹਰਾ ਜਿੰਨੀਆਂ ਜਿੰਨੀਆਂ ਕਿਸੇ ਕੋਲ ਹੈਗੀਆਂ ਸੀਗੀਆਂ ਉਹ ਇਕੱਠੀਆਂ ਕੀਤੀਆਂ ਗਈਆਂ ਉਹਦੇ ਵਿੱਚ ਬਾਬਾ ਮੋਤੀ ਨਾਮ ਨੇ ਵੀ ਹਿੱਸਾ ਪਾਇਆ ਜਿਹੜੇ ਗਾਣੇ ਸੀ ਵੀ ਕਿਸ ਨੇ ਗਾਣੇ ਸੋਨੇ ਦੇ ਬਾਤ ਦੇ ਕਿਸ ਨੇ ਕੁਝ ਬਾਤ ਆ ਇਹ ਸਾਰਿਆਂ ਨੇ ਹਿੱਸਾ ਪਾਇਆ 14 ਵੀ ਫੂਲ ਦਾ ਜਿਹੜਾ ਪੁੱਤਾ ਤਲੋਕ ਸੀਗਾ ਉਹਨੇ ਵੀ ਹਿੱਸਾ ਪਾਇਆ ਇਹ ਪੁੱਤਾ ਸੀ ਉਹਦਾ ਬਿਲਕੁਲ ਹਾਂਜੀ ਪੁੱਤਾ ਪੁੱਤਾ ਸੀਗਾ ਉਹਨਾਂ ਨੇ ਹਿੱਸਾ ਪਾਇਆ ਇਹ ਲਗਾਤਾਰ ਨਾਲ ਇਹੋ ਸੀ ਸਾਰਿਆਂ ਨੇ ਤੇ ਉਹ ਜਿਹੜੀਆਂ ਫਿਰ ਸਿੱਧੇ ਥਾਂ ਟਿੱਡੇ ਯਾਨੀ ਕਿ ਸਿੱਧੀਆਂ ਖੜੀਆਂ ਕਰਕੇ ਮੋਹਰਾ ਸਿੱਧੀਆਂ ਖੜੀਆਂ ਕਰਕੇ ਜੀ ਜੀ ਉਹਨੇ ਕਿਹਾ ਟਿੱਡੇ ਦਾ ਸਿੱਧੀਆਂ ਖੜਾ ਕਰੋ ਸਿੱਧੀਆਂ ਖੜੀਆਂ ਕਰਕੇ ਤੇ ਫਿਰ ਥਾਂ ਸਸਕਾਰ ਕਰਨ ਯੋਗੀ ਲਈ ਗਈ ਸੋਨੇ ਦੀਆਂ ਮੋਹਰਾ ਉਹਨਾਂ ਦੇ ਵਿੱਚ ਕਿਸੇ ਕੋਲ ਦੋ ਮੋਹਰਾ ਸੋਨੇ ਦੇ ਹੁੰਦੀਆਂ ਸੀ ਤੇ ਉਹ ਸਰਮਾਇਦਾਰ ਸਮਝਿਆ ਜਾਂਦਾ ਸੀ ਜੀ ਜੀ ਤੇ ਇੰਨੀਆਂ ਮੋਹਰਾ ਇਕੱਠੀਆਂ ਹੋ ਜਣੀਆਂ ਜਿੱਦਾਂ ਸਾਰਾ ਹੰਦਾ ਖਜ਼ਾਨਾ ਸਾਰਾ ਇਹ ਸਾਰੀਆਂ ਮੋਹਰਾ ਇਕੱਠੀਆਂ ਕਰਕੇ ਦਿੱਤੀਆਂ ਗਈਆਂ ਹਮ ਹਮ ਤੇ ਫਿਰ ਉੱਤੇ ਸਸਕਾਰ ਮਾਤਾ ਗੁੱਜਰੀ ਦਾ ਤੇ ਛੋਟੇ ਸਾਹਿਬ ਜੀ ਦਾ ਵੀ ਕੀਤਾ ਗਿਆ ਸਭ ਤੋਂ ਵੱਡਾ ਹਿੱਸਾ ਟੋਡਰਮਾਲ ਦਾ ਜੀ ਜੀ ਫਿਫਥ ਚੌਥੀ ਫੂਲ ਦੇ ਪੁੱਤਿਆਂ ਦਾ ਤੇ ਫਿਰ ਸਰਹੰਦ ਦੇ ਸਾਰੇ ਲੋਕਾਂ ਦਾ ਜੀ ਜੀ ਤੇ ਇਹਨਾਂ ਨੇ ਸਾਰਿਆਂ ਨੇ ਰਲ ਕੇ ਉਹ ਜਗ੍ਹਾ ਖਰੀਦੀ ਜਿਹੜਾ ਖਰੀਦ ਕੇ ਸਨਕਾਰ ਕੀਤਾ ਤੇ ਦੁਨੀਆ ਚ ਆਪਣੇ ਸਮੇਂ ਦੀ ਜੀ ਸਭ ਤੋਂ ਮਹਿੰਗੀ ਜਗ੍ਹਾ ਸੀ ਮੇਰੇ ਖਿਆਲ ਅੱਜ ਕੱਲ ਦੇ ਸਮੇਂ ਅੱਜ ਕੱਲ ਦੇ ਵੀ ਸੋਨੇ ਦੇ ਪੂਰਾ ਵਸਾ ਕੇ ਦੇਖੋ ਤੂੰ ਉੱਦਾਂ ਵੱਜ ਜਾਣਾ ਜੇ ਕੋਈ ਜਿੰਨੀ ਕੋਈ ਇਨਫਲੂਐਂਸ ਹੋਈ ਜਾਂ ਮਾਇਆ ਦੀ ਉਹ ਸਭ ਨੇ ਗੱਲ ਕਰਕੇ ਦੇਖੋਗੇ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਥਾਂ ਜੇ ਕੋਈ ਹੈ ਤੇ ਸ੍ਰੀ ਅਨ ਦੀ ਮਾਤਾ ਗੁਜਰੀ ਦਿੱਤੀ ਸਾਬ ਜਦਾਂ ਦੇ ਸੰਸਕਾਰ ਕਰਨ ਲਈ ਇਹ ਖਰੀਦੀ ਗਈ ਸੀ ਉਹ ਥਾਂ ਸੀ ਜੀ ਉੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਜਿੱਥੇ ਸਾਬ ਜਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਜੀ ਉੱਥੇ ਅੱਜ ਯਾਦ ਵਿੱਚ ਗੁਰਦੁਆਰਾ ਫਤਿਹਗਰ ਸਾਹਿਬ ਜੀ ਜਿੱਥੇ ਸਾਬ ਜਦਿਆਂ ਦਾ ਸੰਸਕਾਰ ਕੀਤਾ ਗਿਆ ਸੀ ਉੱਥੇ ਅੱਜਕੱਲ ਗੁਰਦੁਆਰਾ ਜੋਤੀ ਸਰੂਪ ਹੈ ਤੇ ਸਾਕਾ ਇਹ ਕਦੋਂ ਹੋਇਆ ਸਾਡੇ ਇਤਿਹਾਸਿਕ ਜਿਹੜੇ ਗ੍ਰੰਥ ਜਿੱਥੇ ਇੱਕ ਵਕਤ ਸਹਿਮਤ ਹੁੰਦੇ ਆ ਵੱਖ-ਵੱਖ ਰਿਟਾ ਹੈਗੀਆਂ ਵੈਸੇ ਪਰ ਜਿੱਥੇ ਇੱਕ ਥਾਂ ਤੇ ਜਾ ਕੇ ਸਹਿਮਤ ਹੁੰਦੇ ਬਿਕਰਮੀ ਸੰਮਤ 1761 ਦੇ ਪੋ ਮਹੀਨੇ ਦੀ 13 ਤਰੀਕ ਸੀ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਮਾਤਾ ਗੁਜਰੀ ਸ਼ਹੀਦ ਹੋਏ ਕਿਹੜਾ ਦਿਨ ਸੀ ਬਿਕਰਮੀ ਸੰਮਤ ਜਿਹਨੂੰ ਆਪਾਂ ਦੇਸੀ ਸੰਮਤ ਕਹਿੰਦੇ ਨੇ ਬਿਕਰਮੀ ਸੰਮਤ 1761 ਦੇ ਪੋ ਮਹੀਨੇ ਦੀ 13 ਤਰੀਕ ਸੀ ਤੇ ਜੇ ਉਹਨੂੰ ਇੰਗਲਿਸ਼ ਹਿਸਾਬ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਉਹ ਇੰਗਲਿਸ਼ ਈਸਵੀ ਸਨਮਨ ਦਾ 1704 ਤੇ ਮਹੀਨਾ ਬੰਦਾ ਦਸੰਬਰ ਦਾ ਦਸੰਬਰ ਦੇ ਮਹੀਨੇ ਦੇ ਆਖਰੀ ਦਿਨ ਸਿੱਕੇ ਚੱਲਦਾ ਜੀ ਜੀ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦਾ ਸੰਸਕਾਰ ਕੀਤਾ ਗਿਆ ਨੂਰਾ ਮਾਹੀ ਗੁਰੂ ਸਾਹਿਬ ਨੂੰ ਦੱਸ ਰਿਹਾ ਸੀ ਉਹ ਤੇ ਅੱਥ ਪਤਾ ਨਾ ਸੰਝਾ ਕਰ ਰਿਹਾ ਸੀ ਮੇਰਾ ਖਲਗੜਮਾ ਦਾ ਟਾਈਮ ਹੋ ਗਿਆ ਮਾਰੂ ਵੀਡੀਓ ਹੀ ਕਰਾਂਗੀ ਅਗਲੇ ਐਪੀਸੋਡ ਚੋਂ ਕਰ ਸ਼ੁਰੂ ਕਰਨਾਗੇ ਇੱਕ ਵਾਰ ਤੁਹਾਨੂੰ ਧੰਨਵਾਦ ਕਰ ਦਿੰਦੇ ਹਾਂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਸ ਜਿੱਦਾਂ ਤੁਸੀਂ ਦੱਸ ਰਹੇ ਸੀ ਸੁਣਨ ਵਾਲਿਆਂ ਦਾ ਸਾਡੇ ਮਨ ਕੰਬਦੇ ਤੇ ਜਦੋਂ ਉਹਨਾਂ ਦੇ ਉਸ ਤਰ੍ਹਾਂ ਦੇ ਹਾਲਾਤ ਵਿੱਚ ਉਹ ਮਾਤਾ ਜੀ ਬੱਚੇ ਸੈਭ ਜਾਦੇ ਨੰਗੇ ਸੀ ਤੇ ਉਹਨਾਂ ਲਈ ਵੀ ਕਿਸ ਤਰ੍ਹਾਂ ਦਾ ਸਮਾਂ ਹੋਵੇਗਾ ਉਹ ਚੜ੍ਹਦੀ ਕਲਾ ਵਾਲੇ ਸੀ ਪਰ ਫਿਰ ਵੀ ਜਿਹੜਾ ਦੁਨਿਆਵੀ ਇਨਸਾਨ ਆ ਉਹ ਡੋਲ ਜਾਂਦਾ ਉਹ ਮਨ 'ਚ ਸੋਚਦਾ ਕਿ ਇਸ ਤਰ੍ਹਾਂ ਦਾ ਤਸੀਹਾ ਤੇ ਉਹ ਜਿਸ ਜਗ੍ਹਾ ਤੇ ਸਸਕਾਰ ਕਰਨਾ ਸੀ ਉਹਦੀ ਸ਼ਰਤ ਵੀ ਵੇਖੋ ਕਿਸ ਤਰ੍ਹਾਂ ਦੀ ਉਹਨੇ ਲਾਈ ਪਰ ਕਈ ਇਦਾਂ ਦੇ ਇਨਸਾਨ ਵੀ ਹੁੰਦੇ ਇਹ ਸੋਚਦੇ ਨੇ ਕਿ ਸਾਡਾ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਆਵੇਗਾ ਗੁਰੂ ਗੋਬਿੰਦ ਸਿੰਘ ਜੀ ਨੂਰਮਾਹੀ ਕੋਲੋਂ ਜਿਹੜੀ ਇਹ ਸਾਰੀ ਗੱਲਬਾਤ ਸੁਣ ਰਹੇ ਸੀ ਤੇ ਮਨ ਦੇ ਮਨ ਵਿੱਚ ਜੋ ਉਹਨਾਂ ਦੇ ਵਿਚਾਰ ਚੱਲ ਰਹੇ ਸੀ ਜਾਂ ਕੀ ਸੋਚ ਰਹੇ ਸੀ ਕਿ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦਾ ਉਹਨਾਂ ਨੇ ਕੀ ਫੈਸਲਾ ਕਰਨਾ ਹੈ ਅਗਲੇ ਐਪੀਸੋਡ ਵਿੱਚ ਆਪ ਜੀ ਦੇ ਨਾਲ ਸਾਂਝਾ ਕੀਤਾ ਜਾਵੇਗਾ ਪ੍ਰੋਗਰਾਮ ਕਰਦੇ ਹਾਂ ਹੋਈਆਂ ਗਲਤੀਆਂ ਦੀ ਤੁਹਾਡੇ ਕੋਲੋਂ ਮਾਫੀ ਮੰਗਦੇ ਹਾਂ ਤੇ ਇੱਥੇ ਫਤਿਹ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਸ਼ਿਵਾ ਪਰ ਮੋਹੇ ਹੈ ڇو پر کر من تے کبو نہ ڈرو نہ ڈرو او سوچ اف چائل روم نिश्चय کر اپنی کھیت کرو